ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਉਮੀਦ ਹੈ ਸਾਰੇ ਜਾਨੇ ਠੀਕ ਹੋਵੋਗੇ ਤੇ ਵੈਲਕਮ ਹੈ ਜੀ ਤੁਹਾਡਾ ਮੇਰੇ ਚੈਨਲ ਡੇਰਾ ਪੰਜਾਬ ਉੱਤੇ ਤੇ ਬਾਈ ਮਿਸਟੇਕ ਮੇਰੀ ਕਾਫੀ ਡੇਰ ਤੋਂ ਵੀਡੀਓ ਨਹੀਂ ਆਈ ਕਿਉਂਕਿ ਮੇਰੀ ਥੋੜੀ ਜੀ ਤਬੀਅਤ ਠੀਕ ਨਹੀਂ ਸੀ ਤੇ ਪਹਿਲਾਂ ਸਾਡੇ ਕੋਲ ਗੈਸਟ ਆਏ ਰਹੇ ਮਾਸੀ ਜੀ ਹੁਣੀ ਮੇਰੇ ਮਮ ਹੁਣੀ ਤੇ ਹੁਣ ਮੇਰੀ ਕਲ ਦੀਦੀ ਆਈ ਸੀਗੀ ਤੇ ਇਸ ਕਰਕੇ ਫਿਰ ਥੋੜੀ ਜੀ ਪ੍ਰੋਬਲਮ ਹੋ ਗਈ ਟਾਈਮ ਇਸ਼ੂ ਦੀ ਕਿਉਂਕਿ ਤੁਹਾਨੂੰ ਪਤਾ ਕਰ ਗੈਸਟ ਆਏ ਹੋਣ ਤੇ ਕੰਮ 'ਚ ਬੰਦਾ ਇੰਨਾ ਰੁੱਝਿਆ ਹੁੰਦਾ ਕਿ ਇਹਦੇ ਵੱਲ ਧਿਆਨ ਹੀ ਨਹੀਂ ਦਿੱਤਾ ਜਾਂਦਾ ਤੇ ਮੈਨੂੰ ਕਾਫੀ ਦਿਨਾਂ ਦਾ ਇਹ ਸੀਗਾ ਕਿ ਮੈਂ ਜਿਹੜਾ ਵਾ ਵੀਡੀਓ ਬਣਾਵਾ ਕੋਈ ਨਾ ਕੋਈ ਤੇ ਕੁਝ ਨਾ ਕੁਝ ਆਪਣੇ ਚੈਨਲ ਉੱਤੇ ਇੰਪਰੂਵਮੈਂਟ ਕਰਾਂ ਪਰ ਕੱਲ ਮੇਰੀ ਤਬੀਅਤ ਵੀ ਜ਼ਿਆਦਾ ਖਰਾਬ ਹੋ ਗਈ ਤੇ ਅ ਅੱਜ ਵੀ ਤੁਹਾਨੂੰ ਲੱਗ ਰਿਹਾ ਹੋਊਗਾ ਥੋੜੀ ਵੀਕਨੈਸ ਤੇ ਬਾਕੀ ਜੀ ਉਧਰ ਮੈਂ ਤੁਹਾਨੂੰ ਆਪਣੀ ਲਾਈਫ ਸਟੋਰੀ ਦੱਸੀ ਸੀਗੀ ਕਿ ਕਿੱਦਾਂ ਲੋਕੀ ਗੱਲਾਂ ਕਰਦੇ ਆ ਕਿੱਦਾਂ ਸਾਰਾ ਕੁਝ ਹੁੰਦਾ ਹਨਾ ਤੇ ਇੱਕ ਜਣੇ ਦਾ ਕਮੈਂਟ ਆਇਆ ਪਤਾ ਨਹੀਂ ਉਹ ਲੜਕੀ ਆ ਜਾਂ ਲੜਕਾ ਆ ਕਿ ਉਹਨੇ ਅੱਗੋਂ ਮੈਨੂੰ ਕਿਹਾ ਕਿ ਹਾਂ ਤੂੰ ਮਤਲਬ ਕਿ ਤੇਰੀ ਵੀਡੀਓ ਵਿੱਚ ਕੁਝ ਇੰਟਰਸਟਿੰਗ ਨਹੀਂ ਹੁੰਦਾ ਕੁਝਾਨੂੰ ਸਿੱਖਣ ਨੂੰ ਨਹੀਂ ਮਿਲਦਾ ਭੈਣੇ ਮੈਂ ਆਪਣੀ ਲਾਈਫ ਸਟੋਰੀ ਦੱਸਣ ਦੀ ਆ ਕੁਛ ਮੈਂ ਬਣਾ ਕੇ ਗੱਲਾਂ ਨਹੀਂ ਦੱਸਾਂ ਢੀ ਕਿ ਤੈਨੂੰ ਇੰਟਰਸਟ ਆਏ ਸਾਡੀ ਵੀਡੀਓ ਵਿੱਚ ਜੇ ਤੈਨੂੰ ਨਹੀਂ ਪਸੰਦ ਨਾ ਤੂੰ ਨਾ ਵੇਖ ਠੀਕ ਆ ਮੇਰੀ ਜਿਹੜੇ ਮੈਨੂੰ ਪਿਆਰ ਕਰਦੇ ਆ ਨਾ ਉਹਨਾਂ ਨੂੰ ਪਤਾ ਕਿ ਮੈਂ ਆਪਣੇ ਦਿਲੋਂ ਗੱਲ ਕੀਤੀ ਮੈਂ ਆਪਣੀ ਲਾਈਫ ਦੀ ਗੱਲ ਦੱਸ ਰਹੀ ਸੀਗੀ ਉਹਦੇ ਵਿੱਚ ਮੈਂ ਚਾਰ ਪੰਜ ਗੱਲਾਂ ਐਵੇਂ ਹੀ ਲਾਦਾ ਝੂਠੀਆਂ ਹੀ ਲਾਦਾ ਸਿਰਫ ਇੱਕ ਵਿਊਜ਼ ਲਈ ਜਾਂ ਤੁਹਾਡਾ ਇੰਟਰਸਟ ਵਧਾਉਣ ਲਈ ਕਿਉਂ ਜੋ ਮੇਰੀ ਲਾਈਫ ਦੀ ਸੱਚਾਈ ਸੀ ਮੈਂ ਉਹ ਹੀ ਦੱਸੀ ਆ ਕੁਛ ਮੈਂ ਵਿੱਚ ਝੂਠ ਨਹੀਂ ਬੋਲਿਆ ਕੁਛ ਨਹੀਂ ਮੈਂ ਕਿਹਾ ਹੈਗਾ ਠੀਕ ਆ ਨਾ ਪਤਾ ਨਹੀਂ ਤੁਹਾਨੂੰ ਕਿਉਂ ਨਹੀਂ ਪਤਾ ਲੱਗਦਾ ਕਿ ਜੇ ਅਗਲਾ ਬੰਦਾ ਆਪਣੀ ਲਾਈਫ ਰੀਅਲ ਲਾਈਫ ਸਟੋਰੀ ਦੱਸ ਰਿਹਾ ਤੇ ਇਹਦਾ ਮਤਲਬ ਇਹ ਨਹੀਂ ਆ ਕਿ ਉਹ ਵੀ ਝੂਠ ਹੀ ਬੋਲੂਗਾ ਠੀਕ ਆ ਮੈਂ ਜੋ ਵੀ ਆਪਣੀ ਵੀਡੀਓ ਵਿੱਚ ਦੱਸਿਆ ਸਭ ਕੁਝ ਸੱਚ ਦੱਸਿਆ ਐਦਾਂ ਨਹੀਂ ਮੈਂ ਕੋਈ ਝੂਠੀ ਗੱਲ ਬਣਾ ਕੇ ਨਹੀਂ ਦੱਸੀ ਕਿ ਜਿਹੜਾ ਤੁਹਾਨੂੰ ਇੰਟਰਸਟ ਨਹੀਂ ਆ ਰਿਹਾ ਬਾਕੀ ਜੀ ਕੋਈ ਗੱਲ ਨਹੀਂ ਜਿਹੜੇ ਮੈਨੂੰ ਪਿਆਰ ਕਰਦੇ ਆ ਉਹ ਮੈਨੂੰ ਦੱਸਦੇ ਵੀ ਆ ਕਿ ਤੁਹਾਡੀ ਵੀਡੀਓ ਵਿੱਚ ਇਹ ਕਮੀਆਂ ਜਾਂ ਕੁਝ ਵੀ ਆ ਸਾਰਾ ਕੁਝ ਦੱਸਦੇ ਆ ਪਰ ਜਦ ਤੁਸੀਂ ਇਦਾਂ ਦੇ ਕਮੈਂਟ ਕਰਦੇ ਹੋ 네ਗੇਟਿਵ ਫਿਰ ਬਹੁਤ ਗਲਤ ਜਿਹਾ ਫੀਲ ਹੁੰਦਾ ਆ ਇਦਾਂ ਦੇ ਕਮੈਂਟ ਪਲੀਜ਼ ਨਾ ਕਰਿਆ ਕਰੋ ਮੈਂ ਬਹੁਤ ਵਾਰ ਰਿਕਵੈਸਟ ਕੀਤੀ ਹੈ ਤੁਹਾਨੂੰ ਮੇਰੀ ਤਬੀਅਤ ਖਰਾਬ ਨਹੀਂ ਸੀਗੀ ਮੇਰਾ ਮੂਡ ਵੀ ਨਹੀਂ ਸੀਗਾ ਵੀਡੀਓ ਬਣਾਉਂਦਾ ਸਿਰਫ ਆ ਜਿਹੜੇ 3-4 ਕਮੈਂਟ ਆਏ ਇਦਾਂ ਦੇ ਤੇ ਮੇਰਾ ਮਤਲਬ ਇਹ ਨਹੀਂ ਨਾ ਦਿਲ ਟੁੱਟਿਆ ਕਿ ਮੈਂ ਆਪਣੀ ਰੀਅਲ ਲਾਈਫ ਸਟੋਰੀ ਦੱਸ ਰਹੀਆਂ ਫਿਰ ਵੀ ਲੋਕਾਂ ਨੂੰ ਇਹਦੇ ਵਿੱਚ ਵੀ ਇੰਟਰਸਟ ਚਾਹੀਦਾ ਕਿ ਹਾਂ ਇਹਦੀ ਵੀਡੀਓ ਵਿੱਚ ਕੋਈ ਇੰਟਰਸਟ ਨਹੀਂ ਹੈ ਯਾਰ ਰੀਅਲ ਲਾਈਫ ਸਟੋਰੀ ਵਿੱਚ ਜੇ ਤੁਹਾਨੂੰ ਮੈਂ ਕਵਾਂ ਆਪਣੀ ਰੀਅਲ ਲਾਈਫ ਸਟੋਰੀ ਦੱਸੋ ਤੇ ਤੁਸੀਂ ਸਾਜ ਸਾਚੀ ਦੱਸੋਗੇ ਨਾ ਕਿਉਂਕਿ ਉਹਦੇ ਵਿੱਚ ਚਾਰ ਪੰਜ ਗੱਲਾਂ ਐਵੇਂ ਹੀ ਦੱਸ ਦੋਗੇ ਫਰੋਟੀ ਮਾਰ ਦੋਗੇ ਕਿ ਹਾਂ ਲੋਕਾਂ ਨੂੰ ਜਿਹੜੀ ਹੱਡੀ ਵੀਡੀਓ ਜਿਹੜੀ ਇੰਟਰਸਟਡ ਲੱਗੇ ਤੁਹਾਡੀ ਵੀਡੀਓ ਵਿੱਚ ਕੁਝ ਖਾਸ ਲੱਗੇ ਇਹੋ ਹੀ ਹੁੰਦਾਣਾ ਸਾਰਿਆਂ ਨੂੰ ਕਿ ਸਾਡੇ ਵਿਊਜ਼ ਆ ਜਾਣ ਵਿੱਚ ਝੂਠ ਬੋਲੀ ਜਾਓ ਆਪਣੀ ਲਾਈਫ 'ਚ ਜੋ ਕੁਝ ਹੋਇਆ ਉਹ ਨਾ ਦੱਸੋ ਝੂਠ ਬੋਲੀ ਜਾਓ ਬਸ ਸਿਰਫ ਇਹ ਦੇ ਕਰਕੇ ਕਿ ਇੰਟਰਸਟ ਆ ਜਾਏ ਹਨਾ ਲੋਕਾਂ ਨੂੰ ਤੇ ਵਿਊਜ਼ ਚਾਰ ਆ ਜਾਣ ਇਦਾਂ ਦੀ ਨਹੀਂ ਗੱਲ ਪੈਣ ਹੁੰਦੀ ਜੋ ਇੰਟਰਸਟ ਜੋ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਵੀਡੀਓ ਵਿੱਚ ਕਿ ਛੋਟੀ ਉਮਰ ਵਿੱਚ ਆਪਣੀਆਂ ਬੇਟੀਆਂ ਦਾ ਜਾਂ ਆਪਣੀਆਂ ਬੱਚੀਆਂ ਦਾ ਵਿਆਹ ਨਹੀਂ ਕਰਨਾ ਚਾਹੀਦਾ ਕਿਉਂਕਿ ਬੁਆイズ ਜਿਹੜੇ ਆਪਣੇ ਘਰ ਵਿੱਚ ਹੀ ਰਹਿੰਦੇ ਉਹਨਾਂ ਨੂੰ ਗਾਂਗਾ ਹੋਰ ਸਮਝਾਈ ਜਾਂਦੀ ਆਪਣਾ ਕੰਮ ਕਰਦੇ ਰਹਿੰਦੇ ਪਰ ਕੁੜੀਆਂ ਆਪਣਾ ਸਭ ਕੁਝ ਛੱਡ ਕੇ ਕਿਸੇ ਦੂਜੇ ਦੇ ਘਰ ਹੁੰਦੀਆਂ ਸਭ ਕੁਝ ਪੁਰਾਣਾ ਭੁਲਾਉਣਾ ਪੈਂਦਾ ਇੱਕ ਨਵੀਂ ਲਾਈਫ ਸ਼ੁਰੂ ਕਰਨੀ ਹੁੰਦੀ ਆ ਸਭ ਕੁਝ ਚੇਂਜ ਕਰਨਾ ਪੈਂਦਾ ਇਹ ਹਰ ਇੱਕ ਕੁੜੀ ਲਈ ਸੌਖਾ ਨਹੀਂ ਹੁੰਦਾ ਕਿਉਂਕਿ ਆਪਣੇ ਮਾਪਿਓ ਘਰ ਉਹ ਬਹੁਤ ਲਾਡ ਲੀਆਂ ਬਹੁਤ ਕੁਛ ਉਹਨਾਂ ਦਾ ਜਿਹੜਾ ਵਾ ਅੜੀਅਲ ਵੀ ਹੁੰਦੀਆਂ ਲਾਡ ਲੀਆਂ ਵੀ ਹੁੰਦੀਆਂ ਜਿਹੜੀ ਕਿ ਚੀਜ਼ ਜਿਹੜੀ ਉਹਨਾਂ ਨੇ ਪਗਾਉਣੀ ਆ ਜੇ ਦੇ ਪਗਾਉਣੀ ਉਹਨਾਂ ਨੇ ਪਗਾ ਕੇ ਰਹਿਣੀ ਪਰ ਸੋਹਰੇ ਘਰ ਵਿੱਚ ਥੋੜਾ ਜਿਹਾ ਸਾਨੂੰ ਆਪਣੇ ਘਰ ਦੇ ਨਾਲ ਆਪਣੇ ਸਮੇਂ ਦੇ ਨਾਲ ਟਲਣਾ ਪੈਂਦਾ ਕਿ ਹਾਂ ਜਿਹੜੇ ਸਾਡੇ ਹੁਣ ਗਾੜੀ ਬੱਚੇ ਆ ਜਾਂ ਸਾਡੇ ਹਸਬੰਡ ਉਹਨਾਂ ਦੀਆਂ ਰੀਝਾਂ ਜ਼ਿਆਦੀਆਂ ਪੂਰੀਆਂ ਕਰੀਏ ਆਪਣੀ ਥੋੜੀ ਜੀ ਆਪਾਂ ਆਪਣੇ ਵਿੱਚ ਜਿਹੜੀ ਆ ਉਹ ਇੰਪਰੂਵਮੈਂਟ ਕਰ ਲੈਣੇ ਆ ਕਿ ਆਪਣੇ ਜਿਹੜੇ ਥੋੜੇ ਬੋਤੇ ਭਾਵੇਂ ਇੱਕ ਦੋ ਹੀ ਸ਼ੌਂਕ ਜਿਹੜਾ ਵਾ ਉਹ ਮਾਰਨਾ ਪੈਂਦਾ ਬੰਦੇ ਨੂੰ ਇਹ ਜਿਹੜੀਆਂ ਮੇਰੇ ਹਾਊਸ ਵਾਈਫ ਭੈਣਾ ਉਹਨਾਂ ਨੂੰ ਸਮਝ ਜ਼ਰੂਰ ਆ ਗਈ ਹੋਊਗੀ ਮੈਂ ਜੋ ਗੱਲ ਕਹਿਣਾ ਚਾਹੁੰਦੀ ਆ ਤੇ ਜਿਨ੍ਹਾਂ ਨੂੰ ਸਮਝ ਨਹੀਂ ਆਉਣੀ ਨਾ ਉਹਨਾਂ ਨੂੰ ਨਹੀਂ ਆਉਣੀ ਠੀਕ ਆ ਉਹਨਾਂ ਨੇ 네ਗੇਟਿਵ ਕਮੈਂਟ ਕਰਦੇ ਹੀ ਰਹਿਣਾ ਤੇ ਹੁਣ ਮੈਨੂੰ ਤੁਹਾਡੇ ਕਮੈਂਟਾਂ ਨਾਲ ਕੋਈ ਫਰਕ ਨਹੀਂ ਪੈਂਦਾ ਮੈਂ ਆਪਣਾ ਕੰਮ ਕਰਦੀ ਆ ਤੇ ਮੈਂ ਆਪਣਾ ਕੰਮ ਕਰਦੀ ਹੀ ਰਹਿਣਾ ਇਕਾਂ ਬਾਕੀ ਜਿਹੜੇ ਪਿਆਰ ਕਰਦੇ ਆ ਉਹਨਾਂ ਨੂੰ ਦਿਲੋਂ ਥੈਂਕ ਯੂ ਆ ਤੇ ਹੁਣ ਤੋਂ ਹੋਣਗੇ ਰੈਗੂਲਰ ਵਲੋਗ ਤੇ ਇਹ ਮੈਂ ਤੁਹਾਨੂੰ ਸਾਰਿਆਂ ਨੂੰ ਪ੍ਰੋਮਿਸ ਕਰਦੀ ਆ ਕਿ ਹੁਣ ਤੋਂ ਪੱਕਾ ਰੈਗੂਲਰ ਵਲੋਗ ਮੈਂ ਤੁਹਾਡੇ ਵਾਸਤੇ ਲੈ ਕੇ ਆਵਾਂਗੀ ਤੇ ਬਾਕੀ ਜੀ ਥੈਂਕ ਯੂ ਜੀ ਤੁਹਾਡਾ ਸਾਰਿਆਂ ਦਾ ਥੈਂਕ ਯੂ